अस्सलाम वालेकुम जी दोस्तों, अज अस जा रहे हैं जनके एक काठवा। ठीक है, बाकी दुआ करो अल्लाह पाक भाई सिदरा नूं कामयाब करे। ते जे कोई बिचों गलती हो जांदी हुंदी आ दस दिया करो। हां जी, ते मैं गुलाब तो नहीं आ गए। चलो बैठा भी नहीं मिल जाता। इंशाल्लाह जीतांगी ते तुहाडे जज नूं सब तो पहले दो एसी मेरे वालों ही आणगे। बाकी सिदरा बाकी सिदरा हुण इह आगे तुहाडा मेरा पहला तारुफ आ। मैं इथों पहलो आई भी नहीं तुहाडे इधर इस कलोनी दे विच। इंशाला हुण पता चल गया केहड़ी कलोनी साडे हल्के च मेरे भैण भरा इस हल्के च रहिंदे। तुहानू कोई भी दुख तकलीफ जो भी होए, मैनू पता डेरा कितने शहर धांधे दे विच आ, किसे किस्म दा भी कम होवे जिन्ने जोगे आ वा उन्ने जोगे तुहाडे हाजर आ। बाकी जिहड़ा तुसीं मजीद कम किसे दा होए ना कोई अल्लाह करे तुहाडे तुसीं आने बच्चे पढ़न कम असीं कुछ बनीए ते फिर उन्हां नूं कम से कम नौकरियां दवाईए। आबाद मेरा हल्का जिहदे विच मेरे ख्याल बच्चियां नूं कोई इन्नी नौकरी भी नहीं लभदी लवा रुपया हल्का वा। इंशाला इस दफा असीं जीतांगे, असीं एक दफा फिर वापस ओही याद ताजा करांगे जिहड़ी चौधरी लियाज़ चौधरी अब्दुल रहमान ने। एक दिन मैं बाजी सिदरा को गया। बाजी सिदरा ने मेरा अच्छा बड़ा तारा होया। बाजी सिदरा ने कहा कि मेरी तो उन्होंने रोजाना मीटिंग करा जिथे मेरे चक जान जाते थी मैं उन्होंने हर गल सुनूंगी। मैं क्या ठीक है बाजी तुम वेलकम जरूर करा बाजी सिदरा ने तुम टाइम दिता भाई सिदरा अपने टाइम से पहुंची है साढ़े को अजे भी चौधरी लियाज है जीरा वो मरिया नहीं जीता है चौधरी लियाज खड़ा हो असी इनू कामयाबी देनी है। इंशाल्लाह बाजी सिदरा का इतने मीटिंग कराई है इस तो बाद साड़ी बिलावरी की जिनी मीटिंग होगी अपना फैसले च होगी फिर पंचा कमालपुर में मीटिंग कराऊंगा अपनी बिलादरी से फिर छे चक अपनी बिलादरी च मीटिंग कराऊंगा। चार हाथ खड़ा करके दो कि चौर ही लिया के किन्ने के चौन वाले बाजी सिदरा के चौन वाले किन्ने का यकीन करो मैं बाजी सिदरा नू अपनी दिलों भैन मान लिया। मैं बाजी सिदरा के नाल मजदूरी करिए अच्छा ही है ना।
ਅਸੀਂ ਬੈਠ ਕੇ ਬੈਠੇ ਆ ਤੀਸਰੇ ਕਮਰੇ ਤੋਂ ਬਾਕੀ ਉੱਠ ਕੇ ਆਈ ਆ ਸਾਡੀ ਗੱਲ ਤੋਂ ਹੁਣ ਵੀ ਉੱਥੇ ਬੋਲੇ ਉਹਨੇ ਐਸ ਐਚ ਓ ਨੂੰ ਫੋਨ ਕੀਤਾ ਐਸ ਐਚ ਓ ਨੇ ਗੱਲ ਨਹੀਂ ਕੀਤੀ ਲੇਕਿਨ ਉਹ ਵਕਤ ਇੱਦਾਂ ਦਾ ਬਣ ਗਿਆ ਸੀ ਕਿ ਨਹੀਂ ਸਾਡੇ ਹੱਥ ਚ ਗੱਲ ਨਹੀਂ ਹੈ ਕਿਉਂਕਿ ਕੰਮ ਗਲਤ ਹੋ ਗਿਆ ਸੀ ਲੇਕਿਨ ਬਾਜੀ ਸਿਧਰਾ ਦੀ ਸੜਕ ਚੌਰੀ ਆ ਨਹੀਂ ਬਾਕੀ ਬਾਜੀ ਲੜ ਕੇ ਆਈ ਆ ਰਾਹ ਸਾਡਾ ਸਾਰਾ ਕੁਝ ਕੋਈ ਇਹੋ ਜਿਹੀ ਡਿਮਾਂਡ ਨੀ ਬਾਜੀ ਨਾ ਕਰਨੀ ਅਜੇ ਕੋਈ ਨੀ ਅਸੀਂ ਆਪਣੀ ਭੈਣ ਨਾਲ ਜਿਤਾ ਕੇ ਲਈ ਬੜੀ ਵੱਡੀ ਗੱਲ ਤੁਸੀਂ ਮਨਾ ਕਰ ਰਹੇ ਕਿ ਬਾਜੀ ਸਿਧਰਾ ਨੂੰ ਹਲੇ ਵੀ ਜੀ ਟੈਨਸ਼ਨ ਤੋਂ ਕਹਿੰਦੀ ਨੀ ਮੈਨੂੰ ਦੱਸੋ ਮੈਨੂੰ ਇਹ ਪਤਾ ਵੀ ਨਹੀਂ ਕਿ ਇਧਰ ਵੀ ਕੋਈ ਆਪਣੀ ਕਲੋਨੀ ਵੀ ਹੈ ਵਾ ਦਵਾਈ ਗਏ ਸਨ ਉੱਥੇ ਘਰ ਫਿਰ ਉਹਨਾਂ ਨੇ ਦੱਸਿਆ ਕਿ ਉੱਥੇ ਅਬਦੁਲ ਰਹਿਮਾਨ ਵੀ ਇੱਥੇ ਆਏ ਆ ਤਾਂ ਹੋਰ ਵੀ ਲਏ ਨੇ ਪਰ ਮਾਸ਼ਾਅੱਲਾ ਉਹਨਾਂ ਨੇ ਫਿਰ ਬਿਜਲੀ ਵਗੈਰਾ ਵੀ ਤੁਹਾਨੂੰ ਲਵਾ ਕੇ ਦਿੱਤੀ ਤੇ ਹੁਣ ਮੈਂ ਤਾਂ ਇਹੀ ਚਾਹਵਾਂਗੀ ਕਿ ਤੁਸੀਂ ਇਸ ਦਫਾ ਜਿਹੜਾ ਵੋਟ ਇਹਨਾਂ ਨੂੰ ਹਜੇ ਵੀ ਚੌਧਰੀ ਅਬਦੁਲ ਰਹਿਮਾਨ ਨੂੰ ਹੀ ਦੇਣਾ ਤੁਸੀਂ ਵੋਟ ਦੋਗੇ ਇਨਸ਼ਾਅੱਲਾ ਅਸੀਂ ਜਿੱਤਾਂਗੇ ਅਸੀਂ ਫਿਰ ਤੁਹਾਡੇ ਵਾਸਤੇ ਹੋਰ ਵੀ ਬੜਾ ਕੁਛ ਕਰਾਂ ਮੈਂ ਆਉਂਦੇ ਹੀ ਚਰਚ ਦਾ ਮੈਂ ਕਿਹਾ ਹਰ ਚਰਚ ਚ ਬਲਕੇ ਹਲਕੇ ਚ ਜਿੰਨੇ ਵੀ ਚਰਚ ਨੇ ਉਹਨਾਂ ਸਭ ਚ ਏਸੀ ਲਾਜ਼ਮੀ ਹੋਣੇ ਚਾਹੀਦੇ ਇਬਾਦਤ ਕਰਦੇ ਹੋ ਅੱਲਾ ਨੂੰ ਮੰਨਣ ਵਾਲੇ ਹੋ ਤੇ ਤੁਸੀਂ ਵੀ ਸਕੂਨ ਨਾਲ ਇੱਥੇ ਇਬਾਦਤ ਕਰੋਗੇ ਤੇ ਚਰਚ ਚ ਮੈਂ ਆਈ ਹਾਂ ਕਾਫੀ ਗਰਮੀ ਹੈ ਔਰ ਗਰਮੀ ਦੇ ਵਿੱਚ ਬਾਹਰ ਦਫਾ ਤੁਹਾਡੀ ਤਾਦਾਦ ਵੀ ਕਾਫੀ ਜ਼ਿਆਦਾ ਹੁੰਦੀ ਹੈ ਔਰ ਬੈਠਾ ਵੀ ਨਹੀਂ ਫਿਰ ਜਾਂਦਾ ਇਨਸ਼ਾਅੱਲਾ ਜਿੱਤਾਂਗੀ ਤੇ ਤੁਹਾਡੇ ਚਰਚ ਨੂੰ ਸਭ ਤੋਂ ਪਹਿਲਾਂ ਦੋ ਏਸੀ ਮੇਰੇ ਵੱਲੋਂ ਹੀ ਆਉਣਗੇ ਮੇਰੇ ਕੋਲੋਂ ਵੀ ਟੈਨਸ਼ਨ ਨਾ ਲਿਓ ਉਹਨੂੰ ਚਲਾ ਲਿਓ ਬਿੱਲ ਵੀ ਕਰ ਲਵਾਂਗੇ ਏਸੀ ਨਾ ਚਲਾਓ ਬਾਕੀ ਆਪਣੀ ਭੈਣ ਨੂੰ ਆਪਣੀ ਬੇਟੀ ਨੂੰ ਤੁਸੀਂ ਵੋਟ ਦੇਣਾ ਹੈ ਤੇ ਫੇਰ ਹੀ ਮੈਂ ਅੱਗੇ ਤੁਹਾਡੇ ਵਾਸਤੇ ਸੋਚ ਸਕਦਾ ਬਾਜੀ ਸਿਧਰਾ ਬਾਜੀ ਸਿਧਰਾ ਹੁਣ ਇਹ ਆ ਕਿ ਤੁਹਾਡਾ ਮੇਰਾ ਪਹਿਲਾ ਤਾਰੁਫ ਆ ਮੈਂ ਇਥੋਂ ਪਹਿਲਾਂ ਆਈ ਵੀ ਨੀ ਆ ਤੁਹਾਡੇ ਇਧਰ ਇਸ ਕਲੋਨੀ ਦੇ ਵਿੱਚ ਤੇ ਇਨਸ਼ਾਅੱਲਾ ਹੁਣ ਪਤਾ ਚੱਲ ਗਿਆ ਕਿ ਵੀ ਕਲੋਨੀ ਸਾਡੇ ਹਲਕੇ ਚ ਮੇਰੇ ਭੈਣ ਭਰਾ ਇਸ ਹਲਕੇ ਚ ਰਹਿੰਦੇ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਜੋ ਮੈਂ ਇੱਕ ਦੋ ਦਿਨ ਚੋ ਜਾਂਗੀ ਮੈਂ ਕਰ ਲੈਣੀ ਆ ਯਾਲਾ ਪਾ ਕਾ ਜੁਮੇ ਕਾ ਮੁਬਾਰਕ ਦਿਨ ਹੈ ਇਸ ਮੁਬਾਰਕ ਦਿਨ ਕੇ ਸਦਕੇ ਹਮਾਰੇ ਲੀਏ ਰਿਜ਼ਕ ਕੇ ਦਰਵਾਜ਼ੇ ਖੋਲ ਦੇ ਹਮੇ ਆਨੇ ਵਾਲੀ ਤਮਾਮ ਪਰੇਸ਼ਾਨੀਓ ਸੇ ਮਹਿਫੂਜ਼ ਫਰਮਾ ਔਰ ਹਮਾਰੇ ਵਾਲਦੈਨ ਕੋ ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾ ਆਮੀਨ ਯਾ ਰੱਬੁਲ ਆਲਮੀਨ ਸਾਥੀ ਅਕੀਲ ਭਾਈ ਔਰ ਉਨਕੇ ਸਾਥ ਸ਼ੁਰੂ ਸੁਨੇਹਾ